ਕੈਪਟਨ ਸਾਹਿਬ ਤਾਂ ਕਲੀਨ ਚਿੱਟ ਦੇ ਚੁੱਕੇ ਆ, ਜਿੰਨਾ ਤੁਸੀਂ ਗੱਲ ਕਰ ਰਹੇ ਹੈ ਆਪਦੇ ਵੱਲੋਂ ਕਲੀਨ ਚਿੱਟ ਦੇ ਚੁੱਕੇ। ਕੈਪਟਨ ਸਾਹਿਬ ਸਾਰਿਆਂ ਨੂੰ ਕਲੀਨ ਚਿੱਟ ਦੇ ਚੁੱਕੇ ਨੇ, ਪਰ ਆਹ ਜਿਹੜੇ ਮੇਰੇ ਸਾਹਮਣੇ ਦੋ ਸਿੰਘ ਸ਼ਹੀਦ ਜਿਹੜੀ ਜਗ੍ਹਾ 'ਤੇ ਜਾ ਰਹੇ ਆ, ਇਹ ਗੋਲੀਆਂ ਹਵਾ 'ਚੋਂ ਆਈਆਂ। ਕੈਪਟਨ ਅਮਰਿੰਦਰ ਸਿੰਘ ਆਪਣੇ ਬਿਆਨ ਬਹੁਤ ਵੱਡੇ ਵੱਡੇ ਦੇ ਚੁੱਕੇ ਨੇ ਕਿ ਜਿਹੜੇ ਦੋਸ਼ੀ ਨੇ ਉਹ ਬਖਸ਼ੇ ਨਹੀਂ ਜਾਣਗੇ। ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਤੋਂ ਬਗੈਰ ਗੋਲੀ ਨਹੀਂ ਚੱਲ ਸਕਦੀ। ਇਹ ਚੋਰ ਅਤੇ ਕੁੱਤੀ ਰਲੇ ਹੋਏ ਨੇ, ਇਹ ਦੋਸ਼ੀਆਂ ਨਾਲ ਕੈਪਟਨ ਅਮਰਿੰਦਰ ਸਿੰਘ ਰਲਿਆ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਅੱਜ 4 ਸਾਲ ਬਾਅਦ ਫਿਰ ਤੋਂ ਜਿਹੜਾ ਹੈਗਾ ਬਹਿਬਲ ਦੇ ਗੁਰਦੁਆਰਾ ਸਾਹਿਬ ਵਿੱਚ ਵੱਡਾ ਇਕੱਠ ਕੀਤਾ ਗਿਆ, ਜਿਸ ਦੀ ਅਗਵਾਈ ਸਿਮਰਜੀਤ ਸਿੰਘ ਮਾਨ ਅਤੇ ਧਿਆਨ ਸਿੰਘ ਮਾਨ ਜੀ ਵੱਲੋਂ ਕੀਤੀ ਗਈ ਹੈ। ਧਿਆਨ ਸਿੰਘ ਮਾਨ ਜੀ ਸਾਡੇ ਨਾਲ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਉਹਨਾਂ ਦਾ ਕਹਿਣਾ ਕਿ ਅੱਜ ਕੀ ਅੱਜ ਉਹਨਾਂ ਵੱਲੋਂ ਪ੍ਰੋਗਰਾਮ ਲਿਖਿਆ ਗਿਆ? ਹਾਂਜੀ, ਕੀ ਅੱਜ ਦੇ ਪ੍ਰੋਗਰਾਮ ਲਿਖੇ ਗਏ? ਅੱਜ ਜਿਸ ਜਗ੍ਹਾ ਵੱਲ ਅਸੀਂ ਜਾ ਰਹੇ ਹਾਂ, ਸਾਡੇ ਸਾਹਮਣੇ ਇੱਕ ਗੇਟ ਆ, ਉੱਥੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਔਰ ਭਾਈ ਸੁਖਰਾਜ ਸਿੰਘ ਸਰਾਵਾਂ, ਗੁਰਜੀਤ ਸਿੰਘ ਸਰਾਵਾਂ, ਪੁਲਿਸ ਨੇ ਗੋਲੀਆਂ ਮਾਰ ਕੇ ਅੱਜ ਤੋਂ 4 ਸਾਲ ਪਹਿਲਾਂ ਉਹਨਾਂ ਨੂੰ ਸ਼ਹੀਦ ਕਰਤਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਰੋਸਮਈ ਉਹ ਧਰਨਾ ਦੇ ਰਹੇ ਸੀ। ਸੋ ਅੱਜ 14 ਤਰੀਕ ਆ, 14 ਤਰੀਕ ਨੂੰ ਉਹਨਾਂ ਦਾ ਅਰਦਾਸ ਕਰਨ ਵਾਸਤੇ ਸੰਗਤ ਉਸ ਥਾਂ ਦੇ ਉੱਤੇ ਆਈ ਹੈ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸੋ ਕੈਪਟਨ ਅਮਰਿੰਦਰ ਸਿੰਘ ਆਪਣੇ ਬਿਆਨ ਬਹੁਤ ਵੱਡੇ ਵੱਡੇ ਦੇ ਚੁੱਕੇ ਨੇ ਕਿ ਜਿਹੜੇ ਦੋਸ਼ੀ ਨੇ ਉਹ ਬਖਸ਼ੇ ਨਹੀਂ ਜਾਣਗੇ। ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਤੋਂ ਬਗੈਰ ਗੋਲੀ ਨਹੀਂ ਚੱਲ ਸਕਦੀ। ਪੁਲਿਸ ਅਣਪਛਾਤੀ ਨਹੀਂ, ਅਸੀਂ ਇਨਸਾਫ ਦੇਵਾਂਗੇ। ਅਸੀਂ ਜਿਹੜੇ ਕੈਦੀ ਜੇਲ੍ਹਾਂ ਕੱਟ ਚੁੱਕੇ ਨੇ, ਸਜ਼ਾਵਾਂ ਭੁਗਤ ਚੁੱਕੇ ਨੇ, ਉਹ ਰਿਹਾਅ ਕਰਾਂਗੇ। ਅੱਜ ਕੁਛ ਵੀ ਨਹੀਂ ਕੀਤਾ। 6 ਮਹੀਨੇ ਬਰਗਾੜੀ ਮੋਰਚਾ ਲਗਾਇਆ ਗਿਆ, ਤੁਸੀਂ ਅਗਵਾਈ ਕੀਤੀ ਹੈ ਬਰਗਾੜੀ ਮੋਰਚੇ ਦੀ, ਸਰਕਾਰ ਵੱਲੋਂ ਉਸ ਵਕਤ ਵੱਡਾ ਜਿਹੜਾ ਸਟੇਜ 'ਤੇ ਆ ਕੇ ਮੰਤਰੀ ਵੀ ਆਏ ਸੀ, ਉਹਨਾਂ ਵੱਲੋਂ ਇਨਸਾਫ ਦੇਣ ਦੀ ਗੱਲ ਕਹੀ ਗਈ ਸੀ, ਵੱਡਾ ਵਾਅਦਾ ਕੀਤਾ ਗਿਆ ਸੀ, ਕੋਈ ਉਹਨਾਂ ਵਿੱਚੋਂ ਕੋਈ ਵਾਅਦਾ ਪੂਰਾ ਹੋਇਆ? ਸਿੱਖ ਹਮੇਸ਼ਾ ਗੁਰੂ 'ਤੇ ਸੰਗਤ 'ਤੇ ਵਿਸ਼ਵਾਸ ਕਰਦਾ ਹੈ। ਜਿਹੜੀ ਧਰਨੇ ਦੇ ਉੱਤੇ ਬਰਗਾੜੀ ਸੰਗਤ ਬੈਠੀ ਸੀ, ਜਦੋਂ ਸਰਕਾਰ ਨੇ ਆ ਕੇ ਐਲਾਨ ਕੀਤਾ ਕਿ ਆਹ ਅਸੀਂ ਸਾਰੇ ਕੰਮ ਕਰਨੇ ਆ, ਅਤੇ ਪੰਥ ਨੇ ਕੌਮ ਨੇ ਵਿਸ਼ਵਾਸ ਕੀਤਾ ਹੈ, ਔਰ 1 ਸਾਲ ਪੂਰਾ ਹੋਣ ਲੱਗਿਆ ਹੈ, ਅਸੀਂ ਸਰਕਾਰ ਦੀ ਗੱਲ ਨੂੰ ਮੰਨ ਲਿਆ ਕਿ ਦਿਲੋਂ ਗੱਲ ਕਰ ਰਹੇ ਨੇ, ਪਰ ਸਾਨੂੰ ਪਤਾ ਨਹੀਂ ਸੀ ਇਹ ਚੋਰ ਅਤੇ ਕੁੱਤੀ ਰਲੇ ਹੋਏ ਨੇ, ਇਹ ਦੋਸ਼ੀਆਂ ਨਾਲ ਕੈਪਟਨ ਅਮਰਿੰਦਰ ਸਿੰਘ ਰਲਿਆ ਹੋਇਆ ਹੈ। ਇਹਦੇ ਆਪਣੇ ਕਮਿਸ਼ਨ ਵਿਧਾਨ ਸਭਾ ਦੇ ਵਿੱਚ ਜੋ ਪੂਰੀ ਮੰਤਰੀ ਮੰਡਲ ਨੇ ਕਿਹਾ, ਉਹ ਗੱਲ ਇਹਦੇ ਦਿਲ ਵਿੱਚ ਹੋਊਗੀ, ਇਹ ਜ਼ਰੂਰ ਕੁਛ ਕਰੂਗਾ, ਪਰ ਵਿਸ਼ਵਾਸਘਾਤ ਕੀਤਾ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਪੂਰੇ ਪੰਥ ਦੀ ਹੈਸੀਅਤ ਦੇ ਨਾਲ ਕਹਿਣੀ ਚਾਹੁੰਦਾ ਹੈ ਕਿ ਅਸੀਂ 1 ਸਾਲ ਤੁਹਾਡੇ 'ਤੇ ਵਿਸ਼ਵਾਸ ਕੀਤਾ, ਤੁਸੀਂ ਡੱਕਾ ਨਹੀਂ ਤੋੜਿਆ, ਤੁਸੀਂ ਆਪਣੀ ਜਿਹੜੀ ਸੈੱਟ ਬਣਾਈ ਉਹਨੂੰ ਵੀ ਮਜਬੂਰ ਕਰਦੇ ਹੋ, ਉਹਦੇ 'ਤੇ ਵੀ ਪ੍ਰੈਸ਼ਰ ਪਾਉਂਦੇ ਹੋ, ਉਹਨੂੰ ਆਜ਼ਾਦ ਕਾਰਵਾਈ ਤੁਸੀਂ ਨਹੀਂ ਕਰਨ ਦਿੰਦੇ, ਤੁਸੀਂ ਦੋਸ਼ੀ ਨਹੀਂ ਫੜੇ ਜਿਨ੍ਹਾਂ ਨੇ ਇਹ ਸਿੰਘ ਸਾਡੇ ਸ਼ਹੀਦ ਕਰਵਾਏ ਨੇ ਆਰਡਰ ਦੇ ਕੇ। ਸੋ 9 ਤਰੀਕ ਆਉਣ ਵਾਲੀ ਹੈ, ਜਿਸ ਦਿਨ ਤੁਸੀਂ ਆ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਵਾਅਦਾ ਕੀਤਾ ਸੀ, ਉਸ ਦਿਨ ਫਿਰ ਅਸੀਂ ਜਿਹੜੀ ਅਗਲੀ ਗੱਲ ਆ ਪੰਥ ਦੀ, ਪੰਥ ਹੁਣ ਕੀ ਕਰੂਗਾ, ਉਸ ਦਾ ਅਸੀਂ ਸਾਰਾ ਜਿਹੜਾ ਵਿਖਿਆਨ ਆ ਉਹ ਸਾਰੀ ਕੈਪਟਨ ਸਾਹਿਬ ਤਾਂ ਕਲੀਨ ਚਿੱਟ ਦੇ ਚੁੱਕੇ ਆ, ਜਿੰਨਾ ਤੁਸੀਂ ਗੱਲ ਕਰ ਰਹੇ ਹੈ ਆਪਦੇ ਵੱਲੋਂ ਕਲੀਨ ਚਿੱਟ ਦੇ ਚੁੱਕੇ? ਹਾਂ ਬਿਲਕੁਲ, ਕੈਪਟਨ ਸਾਹਿਬ ਸਾਰਿਆਂ ਨੂੰ ਕਲੀਨ ਚਿੱਟ ਦੇ ਚੁੱਕੇ ਨੇ, ਪਰ ਆਹ ਜਿਹੜੇ ਮੇਰੇ ਸਾਹਮਣੇ ਦੋ ਸਿੰਘ ਸ਼ਹੀਦ ਜਿਹੜੀ ਜਗ੍ਹਾ 'ਤੇ ਜਾ ਰਹੇ ਆ, ਇਹ ਗੋਲੀਆਂ ਹਵਾ 'ਚੋਂ ਆਈਆਂ, ਇਹ ਪਤਾ ਨਹੀਂ ਇਹ ਬੰਦਿਆਂ ਨੇ ਥੋੜ੍ਹੀ ਚਲਾਈਆਂ ਨੇ। ਸੋ ਕੋਈ ਗੱਲ ਨਹੀਂ,
ਇਹ ਸਮਾਂ ਦੱਸੂਗਾ, ਸਮਾਂ ਹੁਣ ਦਿਓ, ਸੋ ਇਨਸਾਫ ਤਾਂ ਲੈ ਕੇ ਰਵਾਂਗੇ ਸਰ। ਆਖਰੀ ਸਵਾਲ ਹੈ, ਲੋਕਾਂ ਨੇ ਬੜਾ ਵੱਡਾ ਵਿਸ਼ਵਾਸ ਕੀਤਾ ਸਿੱਖ ਆਗੂਆਂ 'ਤੇ, ਤੁਹਾਡੇ 'ਤੇ ਵੀ ਕੀਤਾ, ਸਾਰਿਆਂ 'ਤੇ ਕੀਤਾ, ਪਰ ਅੱਜ ਜਿਹੜਾ ਹੈਗਾ ਤਿੰਨੀ ਥਾਈਂ 'ਤੇ ਇਹ ਪ੍ਰੋਗਰਾਮ ਲਿਖੇ ਗਏ, ਲੋਕਾਂ ਦਾ ਇਹੀ ਮੰਨਣਾ ਹੈ ਕਿ ਇੱਕ ਥਾਈਂ ਜੇ ਕਿਤੇ ਇਨਸਾਫ ਲੈਣਾ ਤਾਂ ਇੱਕ ਥਾਂ ਇਕੱਠੇ ਹੋਣਾ ਪਊਗਾ। ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਜਿਹੜੇ ਸ਼ਹੀਦ ਹੁੰਦੇ ਨੇ ਸਾਰੀ ਕੌਮ ਅਤੇ ਪੰਥ 'ਤੇ ਸਾਂਝੇ ਹੁੰਦੇ ਆ, ਭਾਵੇਂ ਪਿੰਡ ਪਿੰਡ ਵਿੱਚ ਇਹਨਾਂ ਦੀ ਅਰਦਾਸ ਕੀਤੀ ਜਾਵੇ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਰਕਾਰ ਨੂੰ ਤੁਹਾਡੇ ਵੱਲੋਂ ਕੋਈ? ਹਾਂ ਬਿਲਕੁਲ, ਅਸੀਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ, ਕੁਝ ਨਹੀਂ ਵਿਗੜਿਆ, ਅਸੀਂ ਸ਼ਾਂਤਮਈ ਲੜਾਈ ਲੜੀ ਹੈ ਅਤੇ ਸ਼ਾਂਤਮਈ ਲੜਾਂਗੇ, ਪਰ ਪਹਿਲਾਂ ਵਿਸ਼ਵਾਸ ਕੀਤਾ ਸੀ, ਹੁਣ ਨਹੀਂ ਕਰਾਂਗੇ। 9 ਤਰੀਕ ਤੱਕ ਮੌਕਾ ਹੈ, ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰੋ। ਇਹ ਸਨ ਸਾਡੇ ਨਾਲ ਧਿਆਨ ਸਿੰਘ ਮਾਨ ਜੀ, ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਦਿਹਾੜਾ ਅੱਜ ਉਹਨਾਂ ਵੱਲੋਂ ਮਨਾਇਆ ਗਿਆ, ਸਰਕਾਰ ਨੂੰ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਲੋਕ ਜਿਹੜੇ ਵੱਡੀ ਤਾਦਾਦ ਦੇ ਵਿੱਚ ਇੱਥੇ ਵੀ ਅੱਜ ਜਿੱਥੇ ਗੋਲੀ ਚੱਲੀ ਸੀ ਬਹਿਬਲ ਦੀ, ਤੁਹਾਨੂੰ ਦਿਖਾਉਂਦੇ ਹਾਂ ਕਿ ਉਹ ਜਗ੍ਹਾ ਜਿੱਥੇ ਬਹਿਬਲ ਕਾਂਡ ਹੋਇਆ ਸੀਗਾ, ਜਿੱਥੇ ਗੋਲੀ ਚੱਲੀ ਗਈ ਸੀ, ਸਿੱਖ ਸੰਗਤਾਂ ਇੱਥੇ ਜਿਹੜਾ ਹੈਗਾ ਆਪਣੇ ਇਨਸਾਫ ਲਈ ਮੰਗ ਕਰ ਰਹੀਆਂ ਸੀ, ਉਸ ਜਗ੍ਹਾ 'ਤੇ ਆ ਕੇ ਹੁਣ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਵਿਚਾਰਾਂ ਹੋਈਆਂ, ਉਸ ਤੋਂ ਬਾਅਦ ਇੱਥੇ ਆ ਕੇ ਜਿਹੜੀ ਇੱਕ ਅਰਦਾਸ ਹੋਣ ਜਾ ਰਹੀ ਹੈ। ਹੁਣ ਤਾਂ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਰ ਪੂਰੀ ਜਿਹੜੀ ਜਗਤ ਦੀ ਕੌਮ ਹੈ, ਸਿੱਖ ਕੌਮ ਹੈ, ਉਹਨਾਂ ਨੂੰ ਇਨਸਾਫ ਮਿਲ ਪਾਏਗਾ ਜਾਂ ਨਹੀਂ। ਕੈਮਰਾਮੈਨ ਆਮਦ ਦੇ ਨਾਲ ਗੁਰਜੀਤ ਰਮਾਣਾ, ਗਲੋਬਲ ਪੰਜਾਬ ਟੀਵੀ।